ਖੈਰਾ ਮੈਡੀਕਲ ਸਟੋਰ ਹੈਗਾ ਬਟਾਲਾ ਬੱਸ ਸਟੈਂਡ ਦੇ ਬਿਲਕੁਲ ਓਪੋਜ਼ਿਟ, ਜਿਹਦੇ ਦੁਕਾਨ 'ਤੇ ਰੇਡ ਕੀਤੀ ਗਈ ਸੀਗੀ ਆਪਣੇ ਡਰੱਗ ਇੰਸਪੈਕਟਰ ਸਾਹਿਬ ਨੂੰ ਨਾਲ ਲੈ ਕੇ, ਅਤੇ ਉੱਥੇ ਪ੍ਰੀ ਗਾਬਲ ਬਲਿਨ ਜਿਹੜੇ ਕੈਪਸੂਲਸ ਹੈਗੇ ਆ ਉਹ ਉਹਦੇ ਸੇਲ ਆਊਟ ਕਰਦਾ ਸੀਗਾ, ਜਿਹਦੇ 'ਤੇ ਫਿਰ ਡਰੱਗ ਇੰਸਪੈਕਟਰ ਦੀ ਰਿਪੋਰਟ 'ਤੇ ਉਹਦਾ ਲਾਈਸੈਂਸ ਕੈਂਸਲ ਹੋ ਗਿਆ। ਅੱਜ ਅਸੀਂ ਉਹਦੇ ਲਾਈਸੈਂਸ ਉੱਥੇ ਉਹਨਾਂ ਦੇ ਚਿਪਕਾਤਾ, ਅਤੇ ਹੁਣ ਉਸ ਉਹਦੇ ਤਹਿਤ ਇਹ ਜਿਹੜਾ ਖੈਰਾ ਮੈਡੀਕਲ ਸਟੋਰ ਹੈ ਇਹ ਕੋਈ ਵੀ ਦਵਾਈ ਨਹੀਂ ਉੱਥੇ ਵੇਚ ਸਕਦਾ, ਕਿਸੇ ਕਿਸਮ ਦੀ ਆਪਣੇ ਬੋਰਡ ਨਹੀਂ ਲਗਾ ਸਕਦਾ, ਜਿਹਨੂੰ ਹਦਾਇਤ ਕਰ ਦਿੱਤੀ ਹੈ ਕਿ ਇਹਨੂੰ ਉੱਥੋਂ ਖਤਮ ਕਰ ਦਵੇ ਸਾਰਾ ਆਪਣੇ ਬੋਰਡ ਬਾਰੇ ਉਤਾਰ ਦਵੇ। ਹਾਂਜੀ ਨਹੀਂ ਫਿਰ ਉਹਦੇ ਲਈ ਵੀ ਕਾਨੂੰਨ ਹੈਗਾ ਜੀ, ਫਿਰ ਡਰੱਗ ਇੰਸਪੈਕਟਰ ਨੂੰ ਨਾਲ ਲਿਜਾ ਕੇ ਅਤੇ ਸਾਰੀ ਉਹਦੇ 'ਤੇ ਫਿਰ ਕਾਰਵਾਈ ਦੁਬਾਰਾ ਹੋਈ। ਰਤਨ ਮੈਡੀਕਲ ਸਟੋਰ ਹੈਗਾ ਜੀ, ਇਹ ਕੈਂਪ ਦੇ ਬਿਲਕੁਲ ਓਪੋਜ਼ਿਟ ਹੈਗਾ, ਉੱਥੇ ਅੱਜ ਤੋਂ ਕੁਛ ਦਿਨ ਪਹਿਲਾਂ ਉੱਥੇ ਰੇਡ ਕੀਤੀ ਗਈ ਸੀਗੀ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ, ਪਰ ਉੱਥੇ ਹੀ ਉਹ ਬੰਦਾ ਅਸ਼ਵਨੀ ਕੁਮਾਰ ਸੀਗਾ ਉਹਦਾ ਓਨਰ, ਅਤੇ ਉਹਦੀ ਵਾਈਫ ਦੇ ਨਾਂ 'ਤੇ ਡਰੱਗ ਲਾਇਸੈਂਸ ਹੈਗਾ, ਉਹਨੇ ਉੱਥੇ ਫੀਮ ਵੀ ਵੇਚ ਰਿਹਾ ਸੀ 10,000 ਰੁਪਏ ਦੀ, ਕਿਸੇ ਨੂੰ ਉਹਨੇ ਫੀਮ ਵੇਚੀ ਸੀ, ਜੋ ਦੋਨੇ ਜਣੇ ਅਸੀਂ ਫੜ ਕੇ ਅਤੇ ਉਹਦਾ ਕੇਸ ਰਜਿਸਟਰ ਕੀਤਾ ਸੀ। ਇਸ ਟਾਈਮ ਜਿਹੜਾ ਅਸ਼ਵਨੀ ਕੁਮਾਰ ਉਹ ਜੇਲ੍ਹ ਦੇ ਵਿੱਚ ਹੈਗਾ ਸੀਗਾ, ਅਤੇ ਉਹਦਾ ਵੀ ਲਿਖ ਕੇ ਭੇਜਿਆ ਸੀ, ਜੋ ਜ਼ੋਨਲ ਲਾਇਸੈਂਸਿੰਗ ਅਥੋਰਿਟੀ ਜਿਹੜੀ ਹੈਗੀ ਹੈ ਉਹਨਾਂ ਵੱਲੋਂ ਉਹਨਾਂ ਦਾ ਵੀ ਲਾਇਸੈਂਸ ਅੱਜ ਕੈਂਸਲ ਕਰ ਦਿੱਤਾ ਗਿਆ ਹੈ, ਅਤੇ ਉਹ ਲਾਇਸੈਂਸ ਜਿਹੜਾ ਹੈ ਅਸੀਂ ਉਹ ਵੀ ਉਹਨਾਂ ਨੂੰ ਦੁਕਾਨ ਨੂੰ ਉਹਨੂੰ ਸੀਲ ਕਰ ਦਿੱਤਾ ਹੈ, ਕਿਉਂਕਿ ਉਹਨਾਂ 'ਤੇ NDPS ਦਾ ਵੀ ਕੇਸ ਰਜਿਸਟਰਡ ਆ, ਬੰਦਾ ਵੀ ਅੰਦਰ ਹੈਗਾ ਜੀ ਉੱਤੋਂ ਉਹਨਾਂ 'ਤੇ, ਉਹਦੇ ਤੋਂ ਇਲਾਵਾ ਨਾਲ ਹੀ ਪ੍ਰੀ ਗੈਬਲਿਨ ਦੇ ਵੀ ਕੈਪਸੂਲਸ ਉਹਦੇ ਕੋਲ ਉਸ ਟਾਈਮ 'ਤੇ ਫੜੇ ਗਏ ਸੀ, ਇਸ ਲਈ ਉਹ ਵੀ ਅੱਜ ਅਸੀਂ ਸੀਲ ਕੀਤਾ। ਇਸ ਤੋਂ ਇਲਾਵਾ ਜੀ ਕੱਲ੍ਹ ਅਸੀਂ ਦੋ ਹੋਰ ਮੈਡੀਕਲ ਸਟੋਰ ਹੈਗੇ ਸੀਗੇ, ਇੱਕ ਤਾਂ ਪਾਰਸ ਮੈਡੀਕਲ ਸਟੋਰ ਆ ਅਲੀਵਾਲ, ਇਹ ਥਾਣਾ ਘਣੀਏ ਕੇ ਬਾਂਗਰ ਦੇ ਅੰਡਰ ਆਉਂਦਾ ਹੈ, ਉੱਥੋਂ ਵੀ ਅਸੀਂ 500 ਪ੍ਰੀ ਗੈਬਾਬਲਿਨ ਦੇ ਜਿਹੜੇ ਕੈਪਸੂਲ ਅਤੇ 50 ਜਿਹੜੇ ਹੈਗੇ ਆ ਟ੍ਰੈਮਾਡੋਲ ਦੇ ਕੈਪਸੂਲਸ ਉੱਥੇ ਡਰੱਗ ਇੰਸਪੈਕਟਰ ਨੂੰ ਨਾਲ ਜਾ ਕੇ ਕੀਤੇ ਸੀ, ਜਿਹੜਾ ਕਿ ਫਿਰ ਕਿਉਂਕਿ ਟ੍ਰੈਮਾਡੋਲ ਜਿਹੜਾ ਹੈ NDPS ਦੀ ਜੱਜ ਆਉਂਦਾ ਹੈ, ਇਸ ਲਈ ਉਹਨਾਂ ਦੇ ਖਿਲਾਫ਼ NDPS ਦਾ ਵੀ ਕੇਸ ਰਜਿਸਟਰਡ ਕੀਤਾ ਹੈ, ਅਤੇ ਉਹਨਾਂ ਦਾ ਵੀ ਹੁਣ ਲਾਇਸੈਂਸ ਕੈਂਸਲ ਕਰਨ ਲਈ ਲਿਖ ਕੇ ਭੇਜਿਆ ਹੋਇਆ ਜੀ। ਇਹਨਾਂ ਨਾਲ ਜੀ ਬਹੁਤ ਜ਼ਿਆਦਾ ਠੱਲ ਪੈ ਗਈ। ਅਸੀਂ ਇਸ ਤੋਂ ਇਲਾਵਾ ਇੱਕ ਤਰਨਦੀਪ ਮੈਡੀਕਲ ਕੇਅਰ ਸੈਂਟਰ, ਕਿਲਾ ਲਾਲ ਸਿੰਘ ਤਰਨਦੀਪ ਮੈਡੀਕਲ ਕੇਅਰ ਸੈਂਟਰ, ਉਹਨੇ ਵੀ ਪੂਰੇ ਕਲੀਨਿਕ ਦੇ ਸਾਈਨ ਲਗਾ ਕੇ ਆਪਣੇ ਆਪ ਨੂੰ ਡਾਕਟਰ ਦੱਸ ਕੇ, ਜਦੋਂ ਕਿ ਉਹਦੇ ਕੋਈ ਡਿਗਰੀ ਨਹੀਂ, ਕੋਈ ਉਹਦੇ ਕੋਲ ਲਾਇਸੈਂਸ ਨਹੀਂ, ਉਹ ਇਸ ਤਰ੍ਹਾਂ ਖੋਲ੍ਹ ਕੇ ਅਤੇ ਉੱਥੇ ਵੇਚ ਰਿਹਾ ਸੀ, ਅਤੇ ਕੱਲ੍ਹ ਉਹਦੇ ਕੋਲੋਂ ਵੀ 542 ਕੈਪਸੂਲ ਅਸੀਂ ਪ੍ਰੀ ਗੈਬਾਬਲਿਨ ਔਰ 2 ਲਾਈਟਰ 2 ਪੰਨੀਆਂ, ਯਾਨੀ ਕਿ ਉਹ ਅੰਦਰ ਬਿਠਾਇਆ ਹੀ, ਮਤਲਬ ਜਿਹੜਾ ਵੀ ਕੋਈ ਕਸਟਮਰ ਉੱਥੇ ਹੀ ਪਿਆਈ ਜਾ ਰਿਹਾ ਸੀ, ਉੱਥੇ ਹੀ ਸਾਰਾ ਕੁਛ ਇਹ ਕਰ ਰਿਹਾ ਸੀ, ਅਸੀਂ ਉਹਦੇ 'ਤੇ ਵੀ ਕੇਸ ਕੱਲ੍ਹ ਰਜਿਸਟਰਡ ਕਰਕੇ ਅਤੇ ਉਹਦੀ ਸਾਰੀ ਦੁਕਾਨ ਹੀ ਉਹ ਜ਼ਬਤ, ਕਿਉਂਕਿ ਉਹਦੇ ਕੋਲ ਤਾਂ ਲਾਇਸੈਂਸ ਹੀ ਕੋਈ ਨਹੀਂ ਸੀ ਹੈਗਾ ਉਹ ਵੀ ਜੀ। ਅਤੇ ਪਰਸੋਂ ਅਸੀਂ ਜੀ ਇੱਕ 100 ਗ੍ਰਾਮ ਜਿਹੜੀ ਹੈ ਹੀਰੋਇਨ ਵੀ ਅਸੀਂ ਰਿਕਵਰ ਕੀਤੀ ਹੈ, ਅਤੇ ਉਹ ਇੱਧਰ ਕਾਦੀਆਂ ਇਲਾਕੇ ਦੇ ਵਿੱਚੋਂ, ਅਤੇ ਉਹਦੇ ਵਿੱਚ ਵੀ ਅਸੀਂ 2 ਬੰਦੇ ਅਰੈਸਟ ਕੀਤੇ ਆ, ਅਤੇ ਉਹਨਾਂ ਦਾ ਹੋਰ ਵੀ ਜਿਹੜੇ ਨੋਮੀਨੇਟ ਉਹਦੇ 'ਚ ਹੋਏ ਆ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ। ਜਿਵੇਂ ਮਾਣਯੋਗ ਸਾਡੇ CM ਸਾਹਿਬ ਅਤੇ ਗੌਰਵ ਯਾਦਵ ਸਾਡੇ DGP ਪੰਜਾਬ
IPS ਤੇ ਸੁਹੇਲ ਕਾਸਮੀਰ IPS SSP ਬਟਾਲਾ ਹੈ। ਇਹਨਾਂ ਦੀਆਂ ਹਦਾਇਤਾਂ ਦੇ ਮੁਤਾਬਿਕ ਵੀ ਹੁਣ ਡਰੱਗ ਦੇ ਅਸੀਂ ਬਹੁਤ ਜ਼ਿਆਦਾ ਪਿੱਛੇ ਪਏ ਹਾਂ ਔਰ ਇਹਨਾਂ ਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਦੱਸ ਰਹੇ ਆ ਔਰ ਇਹਦੀ ਕਮਾਈ ਕਰ ਰਹੇ ਆ, ਇਹਨਾਂ ਨੂੰ ਹੁਣ ਕਿਸੇ ਵੀ ਕੀਮਤ 'ਤੇ ਅਸੀਂ ਬਖਸ਼ਾਂਗੇ ਨਹੀਂ। ਇਹਨਾਂ 'ਤੇ ਇੱਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਲਾਇਸੈਂਸ ਕੈਂਸਲ ਹੋਣ ਨਾਲ ਬਹੁਤ ਜ਼ਿਆਦਾ ਇਫੈਕਟ ਹੋਏਗਾ ਤੁਹਾਡੇ ਚੈਨਲ ਦੇ ਮਾਧਿਅਮ 'ਤੇ। ਮੈਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਮੈਡੀਕਲ ਸਟੋਰ 'ਚ ਹੈਗੇ ਆ, ਜੇ ਉਹ ਇਸ ਤਰੀਕੇ ਦਾ ਕੋਈ ਵੀ ਕ੍ਰਾਈਮ ਕਰ ਰਹੇ ਆ ਤਾਂ ਉਹ ਆਵਾਜ਼ ਆ ਜਾਣ, ਅਦਰਵਾਈਜ਼ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਮੁਤਾਬਿਕ ਕਾਰਵਾਈ ਹੋਏਗੀ।